ਪੰਜਾਬ ਵਿਧਾਨ ਸਭਾ ਦੀ ਕਾਰਵਾਈ ਖਤਮ ਹੋ ਚੁੱਕੀ ਹੈ ਤਾਂ ਸਾਡੇ ਨਾਲ ਇਸ ਸਮੇਂ ਹੈਗੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜੀ। ਧਰਮਸੋਤ ਜੀ, ਅੱਜ ਕਿਹੜੇ ਕਿਹੜੇ ਜਿਹੜੇ ਮੁੱਖ ਬਿੱਲ ਹੈ ਉਹ ਸਦਨ ਦੇ ਵਿੱਚ ਲਿਆਏ ਗਏ ਜੀ? ਬਿੱਲ ਤਾਂ ਕਰਤਾਰਪੁਰ ਲਾਂਘੇ ਵਾਲਾ ਸੀ, ਧੰਨਵਾਦ ਸੀਗਾ, ਔਰ ਬਾਕੀ ਆ ਜਿਹੜੀਆਂ 33% ਰਿਜ਼ਰਵੇਸ਼ਨ ਇਹ ਵਿਧਾਨ ਸਭਾ ਅਤੇ ਲੋਕ ਸਭਾ ਲਈ ਇਹ ਸੈਂਟਰ ਨੂੰ ਪਾਸ ਕਰਕੇ ਭੇਜ। ਅਤੇ ਪੰਚਾਇਤੀ ਚੋਣਾਂ 'ਚ ਵੀ ਕੋਈ ਚੇਂਜਿਸ ਕੀਤੀ ਗਈ, ਕੋਈ ਇਸ ਤਰ੍ਹਾਂ ਵੀ ਹੈ ਕੋਈ 50% ਰਿਜ਼ਰਵੇਸ਼ਨ ਮਹਿਲਾਵਾਂ ਦੀ? ਉਹ ਤਾਂ ਬਿਲਕੁਲ ਸਾਰਿਆਂ ਨੂੰ ਪਤਾ, ਬੜੀ ਦੇਰ ਦਾ ਹੋਇਆ ਹੋਇਆ, ਅੱਜ ਫਿਰ ਬਿੱਲ ਆਇਆ ਉਹਨੂੰ ਪਾਸ ਕਰਨਾ। 50% 50% ਲੇਡੀਜ਼ ਲਈ ਰਾਖਵਾਂ ਕੀਤਾ ਗਿਆ, ਇੱਕ ਖਜ਼ਾਨਾ ਖਾਲੀ, ਉਹਦੇ ਬਾਵਜੂਦ ਤਨਖਾਹਾਂ ਜਿਹੜੀ ਵਧਾਈ ਜਾਣ ਦਾ ਇੱਕ ਪ੍ਰਸਤਾਵ ਸੀਗਾ, ਉਹ ਹਾਲਾਂਕਿ ਵੇਰਕਾ ਸਾਹਿਬ ਵੱਲੋਂ ਕਿਹਾ ਗਿਆ ਉਹ ਪ੍ਰਸਤਾਵ ਨਹੀਂ ਆ ਰਿਹਾ, ਲੇਕਿਨ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਇੱਕ ਪਾਸੇ ਕਹਿੰਦੀ ਕਿ ਆਰਥਿਕ ਹਾਲਤ ਠੀਕ ਨਹੀਂ, ਦੂਜੇ ਪਾਸੇ ਆਪਣੀ ਤਨਖਾਹ ਵਧਾ ਰਹੀ ਹੈ ਉਹ ਵੀ ਦੁੱਗਣੀ ਦੇ ਤਰੀਕੇ ਨਾਲ? ਬਿਲਕੁਲ ਹਾਲਾਤ ਠੀਕ ਨੇ, ਕਿਸੇ ਨੇ ਹਾਲਾਤ ਖਰਾਬ ਨਹੀਂ ਕਹੇ, ਬਿਲਕੁਲ ਪੰਜਾਬ ਵੀ ਠੀਕ ਹੈ, ਪੰਜਾਬ ਦੇ ਹਾਲਾਤ ਵੀ ਠੀਕ ਨੇ, ਖਜ਼ਾਨੇ ਦੇ ਹਾਲਾਤ ਵੀ। ਕਿਸਾਨਾਂ ਨੂੰ ਕਿਉਂ ਨਹੀਂ ਪੈਸਾ ਮਿਲ ਰਿਹਾ, ਟੀਚਰਾਂ ਨੂੰ ਕਿਉਂ ਨਹੀਂ ਪੈਸਾ ਮਿਲ ਰਿਹਾ, ਮੁਲਾਜ਼ਮਾਂ ਨੂੰ ਕਿਉਂ ਨਹੀਂ ਤਨਖਾਹ ਮਿਲ ਰਹੀ? ਸਭ ਨੂੰ ਮਿਲ ਰਿਹਾ, ਸਮੇਂ ਸਮੇਂ ਤੇ ਮਿਲ ਰਿਹਾ, ਕਿਸੇ ਨੂੰ ਥੋੜਾ ਅੱਗੇ ਮਿਲ ਰਿਹਾ, ਕਿਸੇ ਨੂੰ ਪਿੱਛੇ ਮਿਲ ਰਿਹਾ, ਜ਼ਰੂਰ ਮਿਲ ਰਿਹਾ। ਸੀਗੇ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਵੱਲੋਂ ਸਾਫ਼ ਕਿਹਾ ਗਿਆ ਕਿ ਅੱਜ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੈ ਇਹਦੇ ਵਿੱਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਇੱਕ ਮਤਾ ਪਾਸ ਕੀਤਾ ਗਿਆ, ਇਸਦੇ ਨਾਲ ਨਾਲ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਮਹਿਲਾ ਰਿਜ਼ਰਵੇਸ਼ਨ ਦੀ ਜਿਹੜੀ 33% ਹੈ ਉਸਨੂੰ ਵੀ ਜਿਹੜੀ ਪ੍ਰਵਾਨਗੀ ਹੈ ਅੱਜ ਵਿਧਾਨ ਸਭਾ ਦੇ ਵਿੱਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹਨਾਂ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਇੱਕ ਵੱਡਾ ਬਿਆਨ ਜਿਹੜਾ ਸਾਧੂ ਸਿੰਘ ਧਰਮਸੋਤ ਵੱਲੋਂ ਦਿੱਤਾ ਗਿਆ ਹੈ ਕਿ ਪੰਜਾਬ ਦੀ ਆਰਥਿਕ ਹਾਲਤ ਬਿਲਕੁਲ ਵੀ ਖਰਾਬ ਨਹੀਂ ਹੈ, ਬਿਲਕੁਲ ਠੀਕ ਹੈਗੀ ਹੈ ਅਤੇ ਕਿਸੇ ਦੀ ਵੀ ਤਨਖਾਹ ਜਿਹੜੀ ਉਹ ਨਹੀਂ ਰੋਕੀ ਜਾ ਰਹੀ, ਸਮੇਂ ਸਿਰ ਸਾਰਿਆਂ ਨੂੰ ਤਨਖਾਹ ਦਿੱਤੀ ਜਾ ਰਹੀ, ਅਗਰ ਕਿਸੇ ਨੂੰ ਨਹੀਂ ਮਿਲੇ ਤਾਂ ਛੇਤੀ ਹੀ ਉਹਨਾਂ ਨੂੰ ਤਨਖਾਹਾਂ ਅਤੇ ਭੱਤੇ ਮਿਲ ਜਾਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।